ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬੇ ਆਲ ਹੋਰ ਸ਼ਹਿਰ ਸਾਰਾ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬੇ ਆਲ ਹੋਰ ਸ਼ਹਿਰ ਸਾਰਾ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬੇ ਆਲ ਹੋਰ ਸ਼ਹਿਰ ਸਾਰਾ ਧਰਤੀ ਦੇ ਸੀਨੇ ਵਿੱਚੋਂ ਨਿਕਲੀਆਂ ਹਾਵਾ ਜਿਵੇਂ ਦਿਲ ਵਿੱਚ ਤੀਰ ਹੋਵੇ ਖੁੱਬਿਆ ਲੰਬੇ ਲੰਬੇ ਹੌਂਕੇ ਭਾਰ ਵਗਣ ਹਵਾਵਾਂ ਅਤੇ ਪੱਤਾ ਪੱਤਾ ਸੋਗ ਵਿੱਚ ਡੁੱਬਿਆ ਡੂੰਘੇ ਵੈਣ ਪਾਉਂਦੇ ਚੰਨ ਤਾਰਿਆਂ ਨੂੰ ਵੇਖ ਕੇ ਡੋਲਿਆ ਅੰਬਰ ਜਿਉ ਪਾਰਾ ਹੋਰ ਸ਼ਹਿਰ ਸਾਰਾ ਜਹਾਂਗੀਰ ਨਾਮ ਆਪਣੇ ਨੂੰ ਵੇਖੋ ਖੁਦ ਹੀ ਗ੍ਰਹਿਣ ਲਾ ਕੇ ਤੁਰ ਗਏ ਨੇ ਕਿੱਥੇ ਹੈ ਹੁਕਮ ਉਹ ਕਿੱਥੇ ਹੈ ਤਖਤ ਵੇਖੋ ਕੱਚੀ ਮਿੱਟੀ ਵਾਂਗੂ ਸਭ ਫੁਰ ਗਏ ਨੇ ਦੂਜੇ ਪਾਸੇ ਵੇਖੋ ਸੱਚੇ ਪਾਤਸ਼ਾਹ ਦੀ ਜੋਤ ਵਾਲਾ ਜੱਗ ਵਿੱਚ ਪਿਆ ਚਮਕਾਰਾ ਹੋਰ ਸ਼ਹਿਰ ਸਾਰਾ ਜਿਹਨੂੰ ਸੁਣ ਕਈ ਦਿਨ ਅੱਖਾਂ ਮੇਰੀਆਂ ਦੇ ਵਿੱਚੋਂ ਮਣਾ ਮੂਹੀ ਵਗਿਆ ਪਾਣੀ ਸੀ ਵਾਲੀ ਬੈਠ ਕੇ ਦਵਿੰਦਰ ਤੋਂ ਸੁਣੀ ਸੱਚੇ ਪਾਤਸ਼ਾਹ ਦੀ ਅਜਬ ਕਹਾਣੀ ਸੀ ਸਿੱਖੀ ਦਾ ਸੁਨੇਹਾ ਦੇ ਕੇ ਸੱਚ ਦਾ ਵਪਾਰ ਕਰ ਤੁਰਿਆ ਉਹ ਸੱਚਾ ਬਣ ਜਾਰਾ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬੇ ਆਲ ਹੋਰ ਸ਼ਹਿਰ ਸਾਰਾ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਹੋਰ ਸ਼ਹਿਰ ਸਾਰਾ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬੇ ਆਲ ਹੋਰ ਸ਼ਹਿਰ ਸਾਰਾ ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬੇ ਆਲ ਹੋਰ ਸ਼ਹਿਰ ਸਾਰਾ ਗੁਰੂ ਪਿਆਰਿਓ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਚੰਦੂ ਦੀ ਗੱਲ ਨਾ ਮੰਨੇ
ਉਹ ਕਹਿ ਰਿਹਾ ਸੀ ਵੀ ਮੇਰੀ ਲੜਕੀ ਦਾ ਰਿਸ਼ਤਾ ਲੈ ਲਓ, ਪਰ ਸਤਿਗੁਰਾਂ ਨੇ ਦਿੱਲੀ ਦੀ ਸੰਗਤ ਦੀ ਬੇਨਤੀ ਨੂੰ, ਹੁਕਮ ਨੂੰ ਮੰਨਿਆ ਸੀ ਵੀ ਸਤਿਗੁਰੂ ਵੇਖਿਓ ਕਿਤੇ ਰਿਸ਼ਤਾ ਨਾ ਲੈ ਲਿਓ, ਇਹਨੇ ਗੁਰੂ ਘਰ ਨੂੰ ਨੀਵਾਂ ਦੱਸਿਆ। ਤੇ ਗੁਰੂ ਪਿਆਰਿਓ, ਅੱਜ ਚੰਦੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਆਪਣੀ ਕੈਦ ਵਿੱਚ ਰੱਖ ਕੇ ਅੱਜ ਉਹਨੇ ਇੱਕ ਭੱਠੀ ਤੋਂ ਰੇਤ ਮੰਗਵਾਈ ਗਰਮ ਗਰਮ, ਤੇ ਗੁਰੂ ਪਿਆਰਿਓ ਗਰਮ ਗਰਮ ਰੇਤ ਸਤਿਗੁਰਾਂ ਨੂੰ ਬਾਹਰ ਲਿਆ ਕੇ ਇਸ ਅੱਗ ਅੰਗਿਆਰ ਗਰਮ ਰੇਤ ਉੱਤੇ ਬਿਠਾ ਦਿੱਤਾ, ਤੇ ਸਿਪਾਹੀਆਂ ਨੇ ਚੰਦੂ ਦੁਸ਼ਟ ਦੇ ਹੁਕਮ ਅਨੁਸਾਰ ਸਤਿਗੁਰਾਂ ਨੂੰ ਜਦੋਂ ਗਰਮ ਰੇਤ ਉੱਤੇ ਬਿਠਾਇਆ ਹੈ ਨਾ, ਤਾਂ ਇਹ ਜ਼ੁਲਮ ਵੇਖ ਕੇ ਭਾਈ ਲੰਗਾਹਾ ਅਤੇ ਪ੍ਰਾਣਾ ਦੌੜ ਕੇ ਆਏ, ਕਹਿੰਦੇ ਵੀ ਚੰਦੂ ਤੂੰ ਸਤਿਗੁਰਾਂ ਨੂੰ ਗਰਮ ਰੇਤ ਉੱਤੇ ਨਾ ਬਿਠਾ, ਗਰਮ ਰੇਤੇ ਉੱਤੇ ਅਸੀਂ ਪੈਨੇ ਹੈ, ਗੁਰੂ ਜੀ ਸਾਡੇ ਸਰੀਰ ਉੱਤੇ ਖੜੇ ਹੋ ਜਾਣਗੇ, ਅਸੀਂ ਸਤਿਗੁਰਾਂ ਦੇ ਉੱਤੇ ਕਸ਼ਟ ਅੱਖੀ ਨਹੀਂ ਵੇਖ ਸਕਦੇ। ਪਰ ਚੰਦੂ ਨੇ ਗੁਰੂ ਪਿਆਰਿਓ ਬੜਾ ਹੰਕਾਰੀ ਸੀ, ਬੜਾ ਦੁਸ਼ਟ ਸੀ, ਸਿੱਖਾਂ ਨੂੰ ਡੰਡੇ ਮਰਵਾ ਕੇ ਪਿੱਛੇ ਹਟਾ ਦਿੱਤਾ, ਤੇ ਗੁਰੂ ਪਿਆਰਿਓ ਸਤਿਗੁਰੂ ਗਰਮ ਰੇਤੇ ਉੱਤੇ ਬੈਠੇ ਨੇ, ਅਡੋਲ ਬੈਠੇ ਨੇ, ਬਾਣੀ ਪੜ੍ਹ ਰਹੇ ਨੇ ਸਤਿਗੁਰੂ, ਰਾਖ ਸਦਾ ਪ੍ਰਭ ਆਪਣੇ ਸਾਥ, ਤੂੰ ਹਮਰੋ ਪ੍ਰੀਤਮ ਮਨ ਮੋਹਨ, ਤੁਝ ਬਿਨ ਜੀਵਨ ਸਗਲ ਅਕਾਥ। ਜਦੋਂ ਮਿੱਠੀ ਸੁਰ ਨਾਲ ਸਤਿਗੁਰੂ ਸ਼ਬਦ ਪੜ੍ਹ ਰਹੇ ਨੇ, ਤਾਂ ਚੰਦੂ ਹੋਰ ਗੁੱਸੇ ਵਿੱਚ ਆਇਆ, ਕਹਿੰਦਾ ਵੀ ਇਹਨਾਂ ਨੂੰ ਰੇਤਾ ਗਰਮ ਨਹੀਂ ਲੱਗ ਰਿਹਾ, ਤੇ ਰੇਤੇ ਦੇ ਕੜਛੇ ਭਰ ਭਰ ਕੇ ਇਹਨਾਂ ਦੇ ਉੱਪਰ ਪਾਓ। ਤਾਂ ਸਤਿਗੁਰਾਂ ਦੇ ਉੱਤੇ ਰੇਤੇ ਦੇ ਕੜਛੇ ਭਰ ਭਰ ਕੇ ਚੰਦੂ ਦੇ ਆਦਮੀ ਪਾ ਰਹੇ ਨੇ, ਤੇ ਗੁਰੂ ਪਿਆਰਿਓ ਸਰੀਰ ਸੀ, ਸਰੀਰ ਸਾਰਾ ਛਾਲੇ ਛਾਲੇ ਹੋ ਗਿਆ, ਮੱਕੀ ਦੇ ਭੁੱਜੇ ਹੋਏ ਖਿਲਿਆਂ ਵਾਂਗੂ ਬਣ ਗਿਆ। ਤੇ ਗੁਰੂ ਪਿਆਰਿਓ ਇਸ ਅਤਿਆਚਾਰ ਨੂੰ ਵੇਖ ਕੇ ਸਭ ਵੇਖਣ ਵਾਲੇ ਸੁਣਨ ਵਾਲੇ ਤਰਾਹ ਤਰਾਹ ਕਰ ਰਹੇ ਨੇ। ਰੇਤੇ ਤੋਂ ਉਠਾ ਕੇ ਸਤਿਗੁਰਾਂ ਨੂੰ ਫੇਰ ਕੋਠੜੀ ਵਿੱਚ ਬੰਦ ਕਰ ਦਿੱਤਾ, ਤੇ ਆਪ ਚੰਦੂ ਮਹਿਲਾਂ ਨੂੰ ਚਲਿਆ ਗਿਆ। ਤੇ ਜਦੋਂ ਸਤਿਗੁਰਾਂ ਨੂੰ ਦੂਸਰੇ ਦਿਨ ਤੱਤੀ ਲੋਹ ਤੇ ਬਿਠਾਇਆ ਹੈ ਨਾ, ਸਤਿਗੁਰੂ ਬੈਠੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਨੇ, ਜਦੋਂ ਸਾਈ ਮੀਆਂ ਮੀਰ ਜੀ ਨੂੰ ਖਬਰ ਹੋਈ, ਉਹ ਆਪ ਚੱਲ ਕੇ ਸਤਿਗੁਰਾਂ ਕੋਲ ਆਏ, ਕਹਿਣ ਲੱਗੇ ਕਿ ਸਤਿਗੁਰੂ ਮਹਾਰਾਜ ਇਹ ਕੀ ਭਾਣਾ ਵਰਤਾ ਰਹੇ ਹੋ, ਇਹਨਾਂ ਦਾ ਦੁਸ਼ਟਾਂ ਦਾ ਨਾਸ਼ ਕਿਉਂ ਨਹੀਂ ਕਰਦੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਉਹ ਸ਼ਹੀਦਾਂ ਦੇ ਸਰਤਾਜ, ਕਹਿਣ ਲੱਗੇ ਸਾਈ ਜੀ ਇਹ ਸਾਰਾ ਕੁਝ ਉਸ ਨਿਰੰਕਾਰ ਦੇ ਭਾਣੇ ਵਿੱਚ ਹੋ ਰਿਹਾ,
ਉਹਦੀ ਖੇਡ ਹੈ, ਨਾ ਸਾਡੇ ਵੱਸ ਵਿੱਚ ਹੈ ਕੁਝ, ਨਾ ਇਹਨਾਂ ਦੇ ਵੱਸ ਵਿੱਚ ਕੁਝ ਹੈ। ਇਹ ਉੱਤਰ ਸੁਣ ਕੇ ਸਾਈਂ ਮੀਆਂ ਮੀਰ ਨਮਸਕਾਰ ਕਰਕੇ ਧੰਨ ਧੰਨ ਕਹਿੰਦੇ ਹੋਏ ਆਪਣੇ ਅਸਥਾਨ ਨੂੰ ਚਲੇ ਗਏ। ਉਧਰ ਗੁਰੂ ਪਿਆਰਿਓ ਦੋਸਤ ਚੰਦੂ ਨੇ ਆਪਣੇ ਘਰ ਸਲਾਹ ਕੀਤੀ ਵੀ ਇੰਨੇ ਸਖਤ ਤਸੀਹੇ ਨਾਲ ਵੀ ਇਹ ਮੇਰੇ ਅੱਗੇ ਨਹੀਂ ਝੁਕੇ, ਹੁਣ ਇਹਨਾਂ ਨੂੰ ਕੱਲ੍ਹ ਨੂੰ ਗਊ ਦੇ ਕੱਚੇ ਚਮੜੇ ਵਿੱਚ ਬੰਦ ਕਰਨਾ, ਇਹਨਾਂ ਦਾ ਧਰਮ ਭ੍ਰਿਸ਼ਟ ਕਰਕੇ ਇਹਨਾਂ ਨੂੰ ਮਾਰਨਾ। ਚੰਦੂ ਨੇ ਹੁਕਮ ਦੇ ਦਿੱਤਾ ਇੱਕ ਆਦਮੀ ਨੂੰ ਬਈ ਸਵੇਰੇ ਕਿਸੇ ਨੂੰ ਆਖ ਕੇ ਤਾਜ਼ੀ ਮਰੀ ਹੋਈ ਗਾਂ ਦਾ ਚਮੜਾ ਉਤਾਰ ਕੇ ਲੈ ਆ, ਉਹਦੇ ਵਿੱਚ ਗੁਰੂ ਜੀ ਨੂੰ ਮੜਾ ਦੇਣਾ। ਜਦੋਂ ਗੁਰੂ ਪਿਆਰਿਓ ਇਸ ਗੱਲ ਦਾ ਚੰਦੂ ਦੀ ਨੂੰਹ ਜਿਹੜੀ ਕਿ ਸਤਿਗੁਰਾਂ ਦੀ ਬੜੀ ਸ਼ਰਧਾਲੂ ਸੀ, ਨੂੰਹ ਨੂੰ ਪਤਾ ਲੱਗਿਆ ਹੈ ਨਾ, ਤਾਂ ਗੁਰੂ ਪਿਆਰਿਓ ਅੱਧੀ ਰਾਤ ਨੂੰ ਉੱਠ ਕੇ ਆਈ, ਸਿਪਾਹੀਆਂ ਨੂੰ ਸੋਨੇ ਦੇ ਗਹਿਣਿਆਂ ਦਾ ਲਾਲਚ ਦੇਖ ਕੇ ਸਤਿਗੁਰਾਂ ਕੋਲ ਜਾ ਪਹੁੰਚੀ, ਬੇਨਤੀ ਕੀਤੀ ਪਾਤਸ਼ਾਹ ਹੁਣ ਕੱਲ੍ਹ ਨੂੰ ਮੇਰੇ ਪਾਪੀ ਸਹੁਰੇ ਨੇ ਤੁਹਾਨੂੰ ਗਊ ਦੇ ਕੱਚੇ ਚਮੜੇ ਵਿੱਚ ਬੰਦ ਕਰਨ ਦਾ ਹੁਕਮ ਦੇ ਦਿੱਤਾ। ਪਾਤਸ਼ਾਹ ਮੇਰਾ ਕੋਈ ਵੱਸ ਨਹੀਂ ਚੱਲਦਾ, ਮੈਂ ਬਹੁਤ ਦੁਖੀ ਹਾਂ। ਸਤਿਗੁਰੂ ਕਹਿੰਦੇ ਕਿ ਬੇਟਾ ਤੂੰ ਚਿੰਤਾ ਨਾ ਕਰ, ਆਪਣੇ ਘਰ ਜਾ, ਆਰਾਮ ਕਰ, ਸਾਨੂੰ ਕੋਈ ਕਸ਼ਟ ਨਹੀਂ। ਤੇ ਗੁਰੂ ਪਿਆਰਿਓ ਜਦੋਂ ਦੂਸਰਾ ਦਿਨ ਹੋਇਆ, ਚੰਦੂ ਨੇ ਸਤਿਗੁਰਾਂ ਕੋਲ ਜਾ ਕੇ ਆਖਿਆ ਵੀ ਅਜੇ ਵੀ ਮੰਨ ਜਾਓ, ਜੇ ਨਾ ਮੰਨੇ ਤਾਂ ਤੁਹਾਨੂੰ ਗਊ ਦੇ ਕੱਚੇ ਚਮੜੇ ਵਿੱਚ ਮੜਾ ਕੇ ਧੁੱਪ ਵਿੱਚ ਬਿਠਾ ਦੇਣਾ, ਜਿਉਂ ਜਿਉਂ ਚਮੜਾ ਸੁੱਕੇਗਾ ਤਿਉਂ ਤਿਉਂ ਤੁਹਾਡੇ ਪ੍ਰਾਣ ਨਿਕਲ ਜਾਣਗੇ, ਤੇ ਉਸ ਤੋਂ ਬਾਅਦ ਮੈਂ ਤੁਹਾਡਾ ਘਰ ਬਾਰ ਲੁੱਟ ਲੈਣਾ, ਤੁਹਾਡੇ ਸਾਹਿਬਜ਼ਾਦੇ ਨੂੰ ਸ਼ਹੀਦ ਕਰ ਦੇਣਾ, ਤੁਹਾਡੀ ਵੰਸ਼ ਨਾਸ਼ ਕਰ ਦੇਣੀ ਹੈ। ਅਜੇ ਵੀ ਸਮਾਂ, ਨਹੀਂ ਤਾਂ ਮੇਰੀ ਲੜਕੀ ਦਾ ਨਾਤਾ ਮੰਨ ਜਾਵੋ। ਤੇ ਗੁਰੂ ਪਿਆਰਿਓ ਚੰਦੂ ਦੀ ਗੱਲ ਸੁਣ ਕੇ ਪਾਤਸ਼ਾਹ ਕਹਿਣ ਲੱਗੇ ਵੀ ਚੰਦੂ, ਅੱਜ ਅਸੀਂ ਰਾਵੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ, ਸਾਡੇ ਨਾਲ ਪੰਜ ਸਿੱਖ ਭੇਜ ਦਿਓ, ਉਹ ਇਸ਼ਨਾਨ ਕਰਵਾ ਕੇ ਸਾਨੂੰ ਵਾਪਸ ਲੈ ਆਉਣਗੇ। ਚੰਦੂ ਨੇ ਸਮਝਿਆ ਬਈ ਹੁਣ ਇਹ ਜਦ ਰਾਵੀ ਵਿੱਚ ਇਸ਼ਨਾਨ ਕਰਨਗੇ, ਸੜੇ ਹੋਏ ਸਰੀਰ ਉੱਤੇ ਪਾਣੀ ਪਵੇਗਾ ਨਾ, ਬੜੇ ਦੁਖੀ ਹੋਣਗੇ। ਬੜੀ ਚੰਗੀ ਗੱਲ ਹੈ, ਇਹਨਾਂ ਨੇ ਆਪਣੀ ਮੌਤ ਆਪ ਹੀ ਸਹੇੜ ਲਈ ਹੈ। ਚੰਦੂ ਨੇ ਵਿਚਾਰ ਕਰਕੇ ਪੰਜਾਂ ਸਿੱਖਾਂ ਨੂੰ, 10 ਸਿਪਾਹੀਆਂ ਨੂੰ ਸਤਿਗੁਰਾਂ ਨਾਲ ਭੇਜਿਆ, ਤੇ ਸਤਿਗੁਰੂ ਪਾਤਸ਼ਾਹ ਸਿੱਖਾਂ ਦੇ ਮੋਢਿਆਂ 'ਤੇ ਹੱਥ ਰੱਖ ਕੇ ਹੌਲੀ ਹੌਲੀ ਰਾਵੀ ਦਰਿਆ 'ਤੇ ਪਹੁੰਚੇ। ਭਾਈ ਲੰਗਾਹੇ ਨੇ ਸਤਿਗੁਰਾਂ ਨੂੰ ਬੜੇ ਪ੍ਰੇਮ ਨਾਲ, ਸ਼ਾਂਤੀ ਨਾਲ ਇਸ਼ਨਾਨ ਕਰਵਾ ਕੇ ਬਾਹਰ ਕਿਨਾਰੇ 'ਤੇ ਬਿਠਾਇਆ। ਸਤਿਗੁਰੂ ਜੀ ਚਾਦਰੇ ਦੀ ਬੁੱਕਲ ਮਾਰ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਸੀਸ ਨਵਾਇਆ, ਸਿੱਖਾਂ ਨੂੰ ਆਖਿਆ ਕਿ ਸਿੱਖੋ ਹੁਣ ਅਸੀਂ ਪਰਲੋਕ ਗਮਨ ਕਰਨਾ ਚਾਹੁੰਦੇ ਹਾਂ,
ਤੁਸੀਂ ਵਾਪਸ ਅੰਮ੍ਰਿਤਸਰ ਚਲੇ ਜਾਣਾ। ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਨੂੰ ਧੀਰਜ ਦੇਣੀ, ਸਾਰਿਆਂ ਨੂੰ ਕਹਿਣਾ ਵੀ ਸੋਗ ਨਹੀਂ ਕਰਨਾ। ਗੁਰੂ ਅਮਰਦਾਸ ਜੀ ਦੇ ਸਪੁੱਤਰਾਂ ਦਾ, ਬਾਬਾ ਬੁੱਢਾ ਜੀ ਦਾ, ਸਿਆਣੇ ਸਿੱਖਾਂ ਦਾ ਸਨਮਾਨ ਕਰਨਾ। ਅਤੇ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਾਈ ਜੇਠਾ ਪੈੜਾ ਪ੍ਰਾਣਾ ਸਾਰੇ ਸਿੱਖਾਂ ਨੂੰ ਆਖ ਦਿੱਤਾ ਬਈ ਹੁਣ ਅਸੀਂ ਆਪਣਾ ਸਰੀਰ ਤਿਆਗ ਦੇਣਾ, ਸਾਡੇ ਸਰੀਰ ਦਾ ਸੰਸਕਾਰ ਨਹੀਂ ਕਰਨਾ। ਸਾਡੇ ਸਰੀਰ ਨੂੰ ਜਲ ਪ੍ਰਵਾਹ ਹੀ ਕਰ ਦੇਣਾ। ਅਤੇ ਗੁਰੂ ਪਿਆਰਿਓ, ਸਤਿਗੁਰੂ ਸਭ ਕੁਝ ਸਮਝਾ ਕੇ ਕੁਸ਼ਾਂ ਦੇ ਆਸਣ ਉੱਤੇ ਲੇਟ ਗਏ, ਉੱਪਰ ਚਾਦਰਾ ਲੈ ਲਿਆ ਅਤੇ ਸ਼ਹੀਦੀ ਪਾ ਗਏ। ਜਦੋਂ ਸਤਿਗੁਰਾਂ ਦੀ ਸ਼ਹੀਦੀ ਦਾ ਲਾਹੌਰ ਸ਼ਹਿਰ ਵਿੱਚ ਪਤਾ ਲੱਗਿਆ, ਸਾਰੀ ਹਾਹਾਕਾਰ ਮੱਚ ਉੱਠੀ, ਸਾਰਾ ਲਾਹੌਰ ਸ਼ਹਿਰ ਕੰਬ ਕੇ ਰਹਿ ਗਿਆ। ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬਿਆ ਲਾਹੌਰ ਸ਼ਹਿਰ ਸਾਰਾ। ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬਿਆ ਲਾਹੌਰ ਸ਼ਹਿਰ ਸਾਰਾ। ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬਿਆ ਲਾਹੌਰ ਸ਼ਹਿਰ ਸਾਰਾ। ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬਿਆ ਲਾਹੌਰ ਸ਼ਹਿਰ ਸਾਰਾ। ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬਿਆ ਲਾਹੌਰ ਸ਼ਹਿਰ ਸਾਰਾ। ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬਿਆ ਲਾਹੌਰ ਸ਼ਹਿਰ ਸਾਰਾ। ਪੰਜਵੇਂ ਗੁਰੂ ਜੀ ਸ਼ਹੀਦ ਜਦੋਂ ਹੋਏ ਉਦੋਂ ਕੰਬਿਆ ਲਾਹੌਰ ਸ਼ਹਿਰ ਸਾਰਾ। ਚਲੋ ਛਬੀਲਾ ਲਾਈਏ ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਚਲੋ ਛਬੀਲਾ ਲਾਈਏ ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਦਿਵਸ ਸ਼ਹੀਦੀ ਆਇਆ ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਦਿਵਸ ਸ਼ਹੀਦੀ ਆਇਆ ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਚਲੋ ਛਬੀਲਾ ਲਾਈਏ ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਚਲੋ ਛਬੀਲਾ ਲਾਈਏ ਗੁਰਾਂ ਦਾ ਦਿਵਸ ਸ਼ਹੀਦੀ ਦਾ ਲੰਗਰ ਲਾਈਏ, ਲੰਗਰ ਲਾਈਏ, ਲੰਗਰ ਲਾਈਏ, ਰਲ ਮਿਲ ਸੰਗਤਾਂ ਨੂੰ ਵਰਤਾਈਏ, ਵਰਤਾਈਏ, ਨੂੰ ਵਰਤਾਈਏ। ਘੁੰਗਣੀਆਂ ਦਾ ਲੰਗਰ ਲਾਈਏ, ਰਲ ਮਿਲ ਸੰਗਤਾਂ ਨੂੰ ਵਰਤਾਈਏ, ਖਾਲੀ ਕੋਈ ਨਾ ਜਾਵੇ ਉਥੋਂ ਜਿਸ ਲੰਗਰ ਹਿੱਸਾ ਪਾਇਆ। ਚਲੋ ਛਬੀਲਾ ਲਾਈਏ ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਚਲੋ ਛਬੀਲਾ।
ਦਿਵਸ ਸ਼ਹੀਦੀ ਆਇਆ, ਗੁਰਾਂ ਦਾ ਦਿਵਸ ਸ਼ਹੀਦੀ ਆਇਆ, ਦਿਵਸ ਸ਼ਹੀਦੀ ਆਇਆ, ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਚਲੋ ਸ਼ਬੀਲਾ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ ਆਇਆ, ਚਲੋ ਸ਼ਬੀਲਾ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ। ਸ਼ਹੀਦਾਂ ਦੇ ਸਿਰ ਤਾਜ ਗੁਰੂ ਜੀ, ਤਾਜ ਗੁਰੂ ਸਿਰ ਤਾਜ ਗੁਰੂ ਜੀ, ਆਪਾਂ ਦਿੱਤਾ ਵਾਰ ਗੁਰੂ ਜੀ, ਵਾਰ ਗੁਰੂ ਜੀ, ਵਾਰ ਗੁਰੂ ਜੀ। ਸ਼ਹੀਦਾਂ ਦੇ ਸਿਰ ਤਾਜ ਗੁਰੂ ਜੀ, ਆਪਾਂ ਦਿੱਤਾ ਵਾਰ ਗੁਰੂ ਜੀ। ਗੁਰੂ ਗ੍ਰੰਥ ਸਾਹਿਬ ਲਿਖ ਕੇ ਸਤਿਗੁਰ ਸੱਚ ਖੰਡ ਰਾਹ ਵਿਖਾਇਆ, ਚਲੋ ਸ਼ਬੀਲਾ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ ਆਇਆ, ਚਲੋ ਸ਼ਬੀਲਾ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ ਆਇਆ, ਦਿਵਸ ਸ਼ਹੀਦੀ ਆਇਆ, ਗੁਰਾਂ ਦਾ ਦਿਵਸ ਸ਼ਹੀਦੀ ਆਇਆ, ਦਿਵਸ ਸ਼ਹੀਦੀ ਆਇਆ, ਗੁਰਾਂ ਦਾ ਦਿਵਸ ਸ਼ਹੀਦੀ ਸ਼ਬੀਲਾ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ ਆਇਆ, ਚਲੋ ਸ਼ਬੀਲਾ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ ਵਾਲਾ ਬੂਟਾ ਆਖੇ, ਆਖੇ ਬੂਟਾ ਆਖੇ, ਗੁਰੂ ਘਰੋਂ ਨਾ ਜਾਓ ਨਿਰਾਸ਼ੇ, ਨਿਰਾਸ਼ੇ ਨਾ ਜਾਓ ਨਿਰਾਸ਼ੇ। ਮਿਸ਼ਰੀ ਵਾਲਾ ਬੂਟਾ ਆਖੇ, ਗੁਰੂ ਘਰੋਂ ਨਾ ਜਾਓ ਨਿਰਾਸ਼ੇ। ਰੱਜ ਕੇ ਛਕ ਲਓ ਜਲ ਸੰਗਤ ਜੀ, ਜਿੰਨਾ ਵੀ ਮਨ ਚਾਇਆ, ਚਲੋ ਸ਼ਬੀਲਾ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ ਆਇਆ, ਚਲੋ ਸ਼ਬੀਲਾ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ ਆਇਆ, ਦਿਵਸ ਸ਼ਹੀਦੀ ਆਇਆ, ਗੁਰਾਂ ਦਾ ਦਿਵਸ ਸ਼ਹੀਦੀ ਆਇਆ, ਦਿਵਸ ਸ਼ਹੀਦੀ ਆਇਆ, ਗੁਰਾਂ ਦਾ ਦਿਵਸ ਸ਼ਹੀਦੀ ਆਇਆ, ਚਲੋ ਸ਼ਬੀਲਾ ਲਾਈਏ, 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 ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਗੁਰੂ ਪਿਆਰਿਓ, ਜਦੋਂ
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਆਏ। 52 ਰਾਜਿਆਂ ਨੂੰ ਉਹਨਾਂ ਨੇ ਕਿਲ੍ਹੇ ਵਿੱਚੋਂ ਕੈਦ ਵਿੱਚੋਂ ਛੁਡਾਇਆ ਤਾਂ ਦਿੱਲੀ ਆਏ ਸਤਿਗੁਰੂ। ਜਹਾਂਗੀਰ ਨੂੰ ਮਿਲੇ, ਜਹਾਂਗੀਰ ਨੇ ਸਤਿਗੁਰਾਂ ਨੂੰ ਚੰਦਨ ਦੀ ਚੌਂਕੀ ਤੇ ਬਿਠਾਇਆ, ਨਮਸਕਾਰ ਕੀਤੀ ਤੇ ਗੁਰੂ ਪਿਆਰਿਓ ਧੰਨਵਾਦ ਕੀਤਾ ਕਿ ਸਤਿਗੁਰੂ ਤੁਸੀਂ ਮੇਰੀ ਰੱਖਿਆ ਖਾਤਰ, ਮੇਰੀ ਸਾੜ ਸਤੀ ਨੂੰ ਖਤਮ ਕਰਨ ਵਾਸਤੇ ਮੇਰੀ ਖਾਤਰ ਕਿਲ੍ਹੇ ਵਿੱਚ ਬੈਠ ਕੇ ਜਪ ਕੀਤਾ। ਗੱਲਾਂ ਕਰਦੇ ਕਰਦੇ ਜਹਾਂਗੀਰ ਦਾ ਧਿਆਨ ਸਤਿਗੁਰਾਂ ਦੇ ਹੱਥਾਂ ਵੱਲ ਗਿਆ। ਸਤਿਗੁਰਾਂ ਦੇ ਹੱਥਾਂ ਵਿੱਚ ਇੱਕ ਸਿਮਰਨਾ ਬੜਾ ਸੋਹਣਾ ਸੀ ਤੇ ਗੁਰੂ ਪਿਆਰਿਓ ਜਹਾਂਗੀਰ ਕਹਿੰਦਾ ਕਿ ਪਾਤਸ਼ਾਹ ਆ ਸਿਮਰਨਾ ਬੜਾ ਸੋਹਣਾ, ਇੱਕ ਮਣਕਾ ਦੇ ਦਿਓ, ਮੈਂ ਨਿਸ਼ਾਨੀ ਵਜੋਂ ਰੱਖ ਲਵਾਂਗਾ। ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਕਿ ਜਹਾਂਗੀਰ ਇਹਦੇ ਨਾਲੋਂ ਵੀ ਬੜਾ ਕੀਮਤੀ ਅਤੇ ਸੁੰਦਰ 108 ਮਣਕਿਆਂ ਦਾ ਸਿਮਰਨਾ ਸਾਡੇ ਪਿਤਾ ਜੀ ਦੇ ਗਲ ਵਿੱਚ ਹੁੰਦਾ ਸੀ, ਜਿਹੜਾ ਚੰਦੂ ਨੇ ਉਹਨਾਂ ਨੂੰ ਆਪਣੇ ਘਰ ਵਿੱਚ ਕੈਦ ਕਰਕੇ ਸ਼ਹੀਦ ਕਰਕੇ ਉਹ ਖੋਹ ਲਿਆ ਸੀ, ਲੈ ਲਿਆ ਸੀ, ਉਹ ਮੰਗਵਾ ਲਵੋ, ਸਾਰਾ ਹੀ ਰੱਖ ਲੈਣਾ। ਸਤਿਗੁਰਾਂ ਤੋਂ ਇਹ ਗੱਲ ਸੁਣੀ ਤੇ ਗੁਰੂ ਪਿਆਰਿਓ ਜਹਾਂਗੀਰ ਨੇ ਉਸੇ ਸਮੇਂ ਇੱਕ ਸਿਪਾਹੀ ਭੇਜਿਆ ਚੰਦੂ ਨੂੰ ਬੁਲਾਉਣ ਵਾਸਤੇ। ਚੰਦੂ ਆਇਆ, ਜਹਾਂਗੀਰ ਕਹਿੰਦਾ ਵੀ ਚੰਦੂ ਜਿਹੜਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗਲ ਵਿੱਚ ਸਿਮਰਨਾ ਸੀ ਉਹ ਤੇਰੇ ਕੋਲ ਆ, ਲਿਆ ਦੇ। ਤੇ ਗੁਰੂ ਪਿਆਰਿਓ ਜਹਾਂਗੀਰ ਦਾ ਹੁਕਮ ਸੁਣ ਕੇ ਚੰਦੂ ਘਰ ਗਿਆ, ਫਿਰ ਵਾਪਸ ਆ ਗਿਆ। ਆ ਕੇ ਕਹਿੰਦਾ ਮਹਾਰਾਜ ਪਾਤਸ਼ਾਹ ਮੈਂ ਸਾਰੀ ਜਗ੍ਹਾ ਭਾਲ ਕਰ ਲਈ ਹੈ ਪਰ ਨਹੀਂ ਮਿਲਿਆ, ਉਹ ਸਿਮਰਨਾ ਉਹ ਮਾਲਾ ਨਹੀਂ ਲੱਭੀ। ਤੇ ਚੰਦੂ ਦੀ ਗੱਲ ਸੁਣ ਕੇ 6ਵੇਂ ਸਤਿਗੁਰੂ ਕਹਿੰਦੇ ਕਿ ਜਹਾਂਗੀਰ ਅਸੀਂ ਆਪਣਾ ਕੋਈ ਸਿੱਖ ਇਹਦੇ ਨਾਲ ਭੇਜ ਦੇਣੇ ਆ, ਉਹ ਲੈ ਆਵੇਗਾ, ਆਪੇ ਲੱਭ ਲਿਆਵੇਗਾ। ਨਾਲ ਚੱਲਿਆ ਗਿਆ ਤੇ ਗੁਰੂ ਪਿਆਰਿਓ ਇੱਕ ਸਰਕਾਰੀ ਆਦਮੀ ਵੀ ਨਾਲ ਗਿਆ, ਭਾਈ ਜੇਠਾ ਜੀ ਨੂੰ ਸਤਿਗੁਰਾਂ ਨੇ ਭੇਜ ਦਿੱਤਾ ਤੇ ਭਾਈ ਜੇਠਾ ਜੀ ਆਪਣੀ ਸ਼ਕਤੀ ਨਾਲ ਚੰਦੂ ਦੇ ਘਰੋਂ ਲੁਕਾਈ ਹੋਈ ਮਾਲਾ ਕੱਢ ਲਿਆਏ ਤੇ ਜਹਾਂਗੀਰ ਨੂੰ ਦੇ ਦਿੱਤੀ। ਚੰਦੂ ਜਿਹੜਾ ਕਚਹਿਰੀ ਵਿੱਚ ਦਰਬਾਰ ਵਿੱਚ ਡਰਿਆ ਹੋਇਆ ਬੈਠਾ ਸੀ ਹੋਰ ਡਰ ਗਿਆ, ਕਹਿਣ ਲੱਗਿਆ ਮੈਨੂੰ ਯਾਦ ਨਹੀਂ ਰਿਹਾ ਕਿ ਇਹ ਗੁਰੂ ਜੀ ਦੀ ਮਾਲਾ। ਤੇ ਗੁਰੂ ਪਿਆਰਿਓ ਸਾਈਂ ਮੀਆਂ ਮੀਰ ਜੀ ਨੇ ਵੀ ਜਹਾਂਗੀਰ ਨੂੰ ਇਹ ਆਖਿਆ ਸੀ ਕਿ ਜਹਾਂਗੀਰ ਤੇਰੇ ਰਾਜ ਵਿੱਚ ਚੰਦੂ ਨੇ ਬੜਾ ਵੱਡਾ ਪਾਪ ਕਮਾਇਆ। ਤੇ ਜਦੋਂ ਆਹ ਗੱਲ ਹੋਈ ਨਾ ਮਾਲਾ ਵਾਲੀ ਤਾਂ ਜਹਾਂਗੀਰ ਨੂੰ ਬੜਾ ਗੁੱਸਾ ਆਇਆ, ਗੁਨਾਹੀ ਸਮਝਿਆ। ਤੇ ਜਹਾਂਗੀਰ ਪਾਤਸ਼ਾਹ ਨੂੰ ਕਹਿੰਦਾ ਕਿ ਸਤਿਗੁਰੂ ਇਹ ਆਪ ਦਾ ਮੁਲਜ਼ਮ ਹੈ, ਇਹਨੂੰ ਫੜ ਕੇ ਜੋ ਮਰਜ਼ੀ ਕਰੋ, ਜੋ ਮਰਜ਼ੀ ਦੰਡ ਦਿਓ,
ਫਿਰ ਨਾ ਤੁਸੀਂ ਮੈਨੂੰ ਕਹਿਣਾ ਆਪਣੇ ਦੋਸ਼ੀ ਦਾ ਬਦਲਾ ਇੱਥੇ ਹੀ ਲੈ ਲਵੋ, ਮੈਂ ਇਸ ਦੀ ਕੋਈ ਸਹਾਇਤਾ ਨਹੀਂ ਕਰਾਂਗਾ। ਅਤੇ ਗੁਰੂ ਪਿਆਰਿਓ, ਪਾਤਸ਼ਾਹ ਦੀ ਗੱਲ ਸੁਣੀ ਸਤਿਗੁਰਾਂ ਨੇ, ਭਾਈ ਜੇਠੇ ਨੂੰ ਆਖਿਆ ਕਿ ਇਸ ਗੁਰੂ ਧਰੋਹੀ ਨੂੰ ਡੇਰੇ ਲੈ ਚੱਲੋ। ਅਤੇ ਗੁਰੂ ਪਿਆਰਿਓ, ਭਾਈ ਜੇਠੇ ਨੇ ਚੰਦੂ ਦੀਆਂ ਮੁਸ਼ਕਾਂ ਬੰਨ ਲਈਆਂ ਅਤੇ ਆਪਣੇ ਡੇਰੇ ਮਜਨੂੰ ਟਿੱਲੇ ਲੈ ਆਏ। ਅਤੇ ਉਧਰੋਂ ਦੂਸਰੇ ਦਿਨ ਸਤਿਗੁਰਾਂ ਨੇ ਤਿਆਰੀ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਦੂਸਰਾ ਦਿਨ ਆਇਆ ਤਾਂ ਜਹਾਂਗੀਰ ਨੇ ਚੰਦੂ ਦੀ ਇਸਤਰੀ ਅਤੇ ਪੁੱਤਰ ਨੂੰ ਫੜ ਕੇ ਵੀ ਸਤਿਗੁਰਾਂ ਦੇ ਹਵਾਲੇ ਕਰ ਦਿੱਤਾ ਅਤੇ ਆਖਿਆ ਕਿ ਪਾਤਸ਼ਾਹ ਇਹਨਾਂ ਨੂੰ ਵੀ ਡੰਡ ਦਿਓ। ਅਤੇ ਗੁਰੂ ਪਿਆਰਿਓ, ਪਾਤਸ਼ਾਹ ਕਹਿੰਦੇ ਬਈ ਗੁਨਾਹ ਤਾਂ ਇਹਨੇ ਚੰਦੂ ਨੇ ਕੀਤਾ, ਇਹਨਾਂ ਨੂੰ ਦੰਡ ਨਹੀਂ ਦੇਣਾ, ਇਹਨਾਂ ਨੂੰ ਜਾਣ ਦਿਓ। ਉਹਨਾਂ ਨੂੰ ਛੱਡ ਦਿੱਤਾ, ਬਖਸ਼ ਦਿੱਤਾ। ਅਤੇ ਗੁਰੂ ਪਿਆਰਿਓ, ਸਤਿਗੁਰੂ ਚੰਦੂ ਨੂੰ ਨਾਲ ਲੈ ਕੇ ਲਾਹੌਰ ਆ ਗਏ। 2 ਦਿਨ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਦੀ ਅਤੇ ਨੇੜੇ ਦੇ ਪਿੰਡਾਂ ਦੀ ਸੰਗਤ ਆਉਂਦੀ ਰਹੀ। ਲੋਕ ਚੰਦੂ ਨੂੰ ਕੈਦ ਵਿੱਚ ਪਿਆ ਹੋਇਆ ਵੇਖ ਕੇ ਉਸ ਨੂੰ ਬਹੁਤ ਲਾਹਨਤਾਂ ਫਿਟਕਾਰਾਂ ਪਾਉਂਦੇ। ਚੰਦੂ ਬੇਬਸ ਹੋ ਕੇ ਸਭ ਦੀਆਂ ਸੁਣ ਕੇ ਨੀਵੀਂ ਪਾ ਕੇ ਬੈਠਾ ਰਹਿੰਦਾ। ਅਤੇ ਗੁਰੂ ਪਿਆਰਿਓ, ਪਾਤਸ਼ਾਹ ਨੇ ਸਿੱਖਾਂ ਨਾਲ ਸਲਾਹ ਕੀਤੀ ਵੀ ਚੰਦੂ ਨੂੰ ਲਾਹੌਰ ਦੇ ਬਾਜ਼ਾਰਾਂ ਵਿੱਚ ਫੇਰ ਕੇ ਉਹਨੂੰ ਨਸ਼ਰ ਕਰਨਾ। ਆਗਿਆ ਲੈ ਕੇ ਸਿੱਖਾਂ ਨੇ ਚੰਦੂ ਨੂੰ ਸੰਗਲੀ ਪਾ ਕੇ ਉਹਦਾ ਮੂੰਹ ਕਾਲਾ ਕਰਕੇ ਬਾਜ਼ਾਰਾਂ ਵਿੱਚ ਲੈ ਆਂਦਾ। ਲਾਹੌਰ ਦੇ ਲੋਕ, ਆਮ ਜਨਤਾ, ਜਿਨ੍ਹਾਂ ਨੂੰ ਪਤਾ ਸੀ ਵੀ ਇਸ ਪਾਪੀ ਨੇ ਕਿਸ ਬੁਰੀ ਹਾਲਤ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕੀਤਾ ਸੀ, ਸਾਰਾ ਸ਼ਹਿਰ ਚੰਦੂ ਨੂੰ ਗਾਲਾਂ ਕੱਢ ਰਿਹਾ, ਫਿਟਕਾਰਾਂ ਪਾ ਰਿਹਾ। ਜਦੋਂ ਇਸ ਤਰ੍ਹਾਂ ਸਿੱਖ ਚੰਦੂ ਨੂੰ ਬਾਜ਼ਾਰਾਂ ਵਿੱਚ ਫੇਰਦੇ ਰਹੇ ਤਾਂ ਅਚਾਨਕ ਉਸ ਭੜਭੂੰਜੇ ਦੇ ਭੱਠ ਕੋਲੋਂ, ਉਹਦੀ ਭੱਠੀ ਕੋਲੋਂ ਜਦੋਂ ਚੰਦੂ ਨੂੰ ਲੈ ਕੇ ਲੰਘਣ ਲੱਗੇ ਤਾਂ ਗੁਰੂ ਪਿਆਰਿਓ, ਉਹ ਭੜਭੂੰਜਾ ਜਿਸ ਕੋਲੋਂ ਚੰਦੂ ਗਰਮ ਰੇਤਾ ਮੰਗਵਾਇਆ ਕਰਦਾ ਸੀ ਸਤਿਗੁਰਾਂ ਦੇ ਸੀਸ ਉੱਤੇ ਪਾਉਣ ਵਾਸਤੇ, ਜਦੋਂ ਲੰਘਣ ਲੱਗੇ ਤਾਂ ਉਸਨੇ ਉੱਠ ਕੇ ਚੰਦੂ ਦੇ ਸਿਰ ਵਿੱਚ ਉਹੀ ਕੜਛਾ ਗੁੱਸੇ ਨਾਲ ਮਾਰਿਆ। ਆਖਿਆ, ਪਾਪੀਆ, ਤੂੰ ਮੇਰੇ ਪਾਸੋਂ ਗੁਰੂ ਜੀ ਉੱਤੇ ਗਰਮ ਰੇਤਾ ਪਵਾ ਕੇ ਬੱਜਰ ਪਾਪ ਕਰਵਾਇਆ, ਮੈਂ ਉਸ ਦਾ ਬਦਲਾ ਲੈ ਕੇ ਛੱਡਾਂਗਾ। ਅਤੇ ਗੁਰੂ ਪਿਆਰਿਓ, ਚੰਦੂ ਤਾਂ ਅੱਗੇ ਹੀ ਮਰਿਆ ਸਮਾਨ ਸੀ। ਇਸ ਕੜਛੇ ਦੇ ਵੱਜਣ ਨਾਲ ਉਸ ਦੇ ਸਿਰ ਦੇ ਖੋਪਰ 2 ਟੁਕੜੇ ਹੋ ਗਿਆ ਅਤੇ ਉਹ ਤੜਫ ਤੜਫ ਕੇ ਉਹ ਪਾਪੀ ਉੱਥੇ ਹੀ ਮਰ ਗਿਆ। ਅਤੇ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਅਤੇ ਗੁਰੂ ਪਿਆਰਿਓ,
ਇੰਨੀ ਗਰਮੀ ਵਿੱਚ ਸਤਿਗੁਰਾਂ ਨੇ ਸ਼ਹੀਦੀ ਦਿੱਤੀ ਅਤੇ ਅੱਜ ਉਹ ਗੁਰੂ ਦੀਆਂ ਸੰਗਤਾਂ ਸਤਿਗੁਰਾਂ ਦੀ ਸ਼ਹੀਦੀ ਨੂੰ ਯਾਦ ਕਰਦੀਆਂ ਨੇ, ਥਾਂ ਥਾਂ ਛਬੀਲਾਂ ਲਾਉਂਦੀਆਂ ਨੇ, ਘੁੰਗਣੀਆਂ ਦਾ ਲੰਗਰ ਲਾਉਂਦੀਆਂ ਨੇ, ਪਿਆਸਿਆਂ ਦੇ ਮੂੰਹ ਵਿੱਚ ਮਿੱਠਾ ਅੰਮ੍ਰਿਤ ਜਲ ਪਾਉਂਦੀਆਂ ਨੇ। ਅਤੇ ਉਹ ਚੰਦੂ, ਉਹਨੂੰ ਅੱਜ ਕੋਈ ਯਾਦ ਕਰਨ ਵਾਲਾ ਵੀ ਨਹੀਂ। ਅਤੇ ਗੁਰੂ ਪਿਆਰਿਓ, ਸਤਿਗੁਰਾਂ ਦੀ ਐਸੀ ਸ਼ਹੀਦੀ, ਐਸੀ ਕਿਰਪਾ, ਅੱਜ ਥਾਂ ਥਾਂ 'ਤੇ ਛਬੀਲਾਂ ਲੱਗ ਰਹੀਆਂ ਨੇ। ਚਲੋ ਛਬੀਲਾਂ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਚਲੋ ਛਬੀਲਾਂ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਦਿਵਸ ਸ਼ਹੀਦੀ ਆਇਆ, ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਦਿਵਸ ਸ਼ਹੀਦੀ ਆਇਆ, ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਚਲੋ ਛਬੀਲਾਂ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਚਲੋ ਛਬੀਲਾਂ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਚਲੋ ਛਬੀਲਾਂ ਲਾਈਏ, ਗੁਰਾਂ ਦਾ ਦਿਵਸ ਸ਼ਹੀਦੀ ਆਇਆ। ਤਵੀ ਤੇ ਬੈਠੇ ਨੇ ਸਤਿਗੁਰ, ਵਾਹਿਗੁਰੂ ਵਾਹਿਗੁਰੂ ਬੋਲਦੇ। ਤਵੀ ਤੇ ਬੈਠੇ ਨੇ ਸਤਿਗੁਰ, ਵਾਹਿਗੁਰੂ ਵਾਹਿਗੁਰੂ ਬੋਲਦੇ। ਸੱਚ ਧਰਮ ਤੇ ਪਹਿਰਾ ਦਿੰਦੇ, ਸਿਦਕੋ ਨਾ ਉਹ ਡੋਲਦੇ। ਤਵੀ ਤੇ ਬੈਠੇ ਨੇ ਸਤਿਗੁਰ, ਵਾਹਿਗੁਰੂ ਵਾਹਿਗੁਰੂ ਬੋਲਦੇ। ਤਵੀ ਤੇ ਬੈਠੇ ਨੇ ਸਤਿਗੁਰ, ਵਾਹਿਗੁਰੂ ਵਾਹਿਗੁਰੂ ਬੋਲਦੇ। ਗਰਮੀ ਵਾਲੀ ਤਪਦੀ ਸਿਖਰ ਦੁਪਹਿਰਾ ਸੀ, ਭਖਦਾ ਸਿਖਰ ਦੁਪਹਿਰਾ ਸੀ, ਭਖਦਾ ਸਿਖਰ ਦੁਪਹਿਰਾ ਸੀ। ਚਾਰੇ ਪਾਸੇ ਮੱਚਦੀ ਅਗਨੀ, ਜਬਰ ਜ਼ੁਲਮ ਦਾ ਪਹਿਰਾ ਸੀ। ਕਲਯੁਗ ਦੀ ਨੇਰੀ ਵਿੱਚ ਸਤਿਗੁਰ ਬੋਲ ਮਿੱਠੜੇ ਘੋਲਦੇ। ਤਵੀ ਤੇ ਬੈਠੇ ਨੇ ਸਤਿਗੁਰ, ਵਾਹਿਗੁਰੂ ਵਾਹਿਗੁਰੂ ਬੋਲਦੇ। ਸੱਚ ਧਰਮ ਤੇ ਪਹਿਰਾ ਦਿੰਦੇ, ਸਿਦਕੋ ਨਾ ਉਹ ਡੋਲਦੇ। ਤਵੀ ਤੇ ਬੈਠੇ ਨੇ ਸਤਿਗੁਰ, ਵਾਹਿਗੁਰੂ ਵਾਹਿਗੁਰੂ ਬੋਲਦੇ। ਤਵੀ ਤੇ ਬੈਠੇ ਨੇ ਸਤਿਗੁਰ, ਵਾਹਿਗੁਰੂ ਵਾਹਿਗੁਰੂ ਬੋਲਦੇ।
ਜੇ ਚਾਹੁੰਦੇ ਤਾਂ ਉਸੇ ਪਲ ਹੀ ਤਖਤਾਂ ਤਾਈ ਹਿਲਾ ਸਕਦੇ ਸੀ, ਤਖਤਾਂ ਤਾਈ ਹਿਲਾ ਸਕਦੇ ਸੀ, ਤਖਤਾਂ ਤਾਈ ਹਿਲਾ ਸਕਦੇ ਸੀ। ਸਾਰੀ ਮੁਗਲ ਹਕੂਮਤ ਨੂੰ ਉਹ ਮਿੱਟੀ ਵਿੱਚ ਮਿਲਾ ਸਕਦੇ ਸੀ। ਪਰ ਉਹ ਆਪਣੀ ਇਸ ਸ਼ਕਤੀ ਦਾ ਭੇਤ ਜਰਾ ਨਾ ਖੋਲਦੇ, ਤਵੀ ਤੇ ਬੈਠੇ ਨੇ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਦੇ, ਸੱਚ ਧਰਮ ਤੇ ਪਹਿਰਾ ਦੇਂਦੇ ਸਿਦਕੋ ਨਾ ਉਹ ਡੋਲਦੇ, ਤਵੀ ਤੇ ਬੈਠੇ ਨੇ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਦੇ, ਤਵੀ ਤੇ ਬੈਠੇ ਸਤਿਗੁਰ ਵਾਹਿਗੁਰੂ ਵਾਹਿਗੁਰੂ ਬੋਲਦੇ। ਜ਼ੁਲਮਾਂ ਦੇ ਪਰਛਾਵਿਆਂ ਓਲੇ ਸੱਚ ਕਦੇ ਨਾ ਚੁੱਕਦਾ ਏ, ਸੱਚ ਕਦੇ ਨਾ ਚੁੱਕਦਾ ਏ, ਸੱਚ ਕਦੇ ਨਾ ਚੁੱਕਦਾ ਏ। ਉਸ ਵੇਲੇ ਲੱਖ ਵਾਰ ਦਵਿੰਦਰ ਸਿਰ ਮੇਰਾ ਪਿਆ ਚੁੱਕਦਾ ਏ, ਮੋਰਾਂ ਵਾਲੀ ਬੈਠੇ ਜਦ ਵੀ ਗੁਰ ਇਤਿਹਾਸ ਨੂੰ ਫੋਲਦੇ, ਤਵੀ ਤੇ ਬੈਠੇ ਨੇ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਦੇ, ਸੱਚ ਧਰਮ ਤੇ ਪਹਿਰਾ ਦੇਂਦੇ ਸਿਦਕੋ ਨਾ ਉਹ ਡੋਲਦੇ, ਤਵੀ ਤੇ ਬੈਠੇ ਨੇ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਦੇ, ਤਵੀ ਤੇ ਬੈਠੇ ਨੇ ਸਤਿਗੁਰ ਵਾਹਿਗੁਰੂ ਵਾਹਿਗੁਰੂ ਬੋਲਦੇ, ਤਵੀ ਤੇ ਬੈਠੇ ਨੇ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਦੇ, ਤਵੀ ਤੇ ਬੈਠੇ ਨੇ ਸਤਿਗੁਰ ਵਾਹਿਗੁਰੂ ਵਾਹਿਗੁਰੂ ਬੋਲਦੇ। ਗੁਰੂ ਪਿਆਰਿਓ, ਜਦੋਂ ਚੰਦੂ ਨੇ ਲਾਗੀਆਂ ਨੂੰ ਆਖਿਆ ਕਿ ਤੁਸੀਂ ਮੇਰੀ ਲੜਕੀ ਜੋ ਕਿ ਇੱਕ ਚੁਬਾਰੇ ਦੀ ਇੱਟ ਦੇ ਸਮਾਨ ਹੈ, ਉਹਨੂੰ ਇੱਕ ਫਕੀਰ ਦੇ ਮੋਰੀ ਸਮਾਨ ਲੜਕੇ ਨੂੰ ਰਿਸ਼ਤਾ ਕਰ ਆਏ ਹੋ, ਇਹ ਤੁਸੀਂ ਚੰਗਾ ਨਹੀਂ ਕੀਤਾ, ਪਰ ਕਿਉਂਕਿ ਤੁਹਾਨੂੰ ਮੈਂ ਭੇਜਿਆ ਸੀ ਇਸ ਵਾਸਤੇ, ਹੁਣ ਇਉਂ ਕਰੋ ਬਈ ਸ਼ਗਨ ਲੈ ਜਾਓ ਅਤੇ ਮਰਿਆਦਾ ਪੂਰੀ ਕਰਿਆਓ। ਜਦੋਂ ਚੰਦੂ ਦੀ ਇਸ ਗੱਲ ਦਾ ਗੁਰੂ ਪਿਆਰਿਓ ਦਿੱਲੀ ਦੀ ਸੰਗਤ ਨੂੰ ਪਤਾ ਲੱਗਿਆ ਤਾਂ ਸੰਗਤ ਨੇ ਸਤਿਗੁਰਾਂ ਨੂੰ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਚਿੱਠੀ ਲਿਖੀ ਕਿ ਸਤਿਗੁਰੂ, ਉਹ ਚੰਦੂ ਬੜਾ ਹੰਕਾਰੀ ਹੈ, ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਆਖ ਰਿਹਾ,
ਕਿ ਪਾਤਸ਼ਾਹ ਸੰਗਤ ਵੱਲੋਂ ਬੇਨਤੀ ਹੈ ਵੀ ਚੰਦੂ ਦੀ ਲੜਕੀ ਦਾ ਰਿਸ਼ਤਾ ਤੁਸੀਂ ਨਹੀਂ ਲੈਣਾ। ਜਦੋਂ ਸੰਗਤ ਦੀ ਚਿੱਠੀ ਪਹੁੰਚੀ ਤਾਂ ਗੁਰੂ ਪਿਆਰਿਓ ਉਧਰੋਂ ਚੰਦੂ ਦੇ ਲਾਗੀ ਆ ਗਏ ਸ਼ਗਨ ਕਰਨ ਵਾਸਤੇ, ਪਰ ਸਤਿਗੁਰੂ ਕਹਿੰਦੇ ਬਈ ਜਾਓ, ਸਾਨੂੰ ਇਹ ਰਿਸ਼ਤਾ ਪਰਵਾਹ ਨਹੀਂ, ਅਸੀਂ ਕਿਸੇ ਆਪਣੇ ਵਰਗੇ ਨਾਲ ਹੀ ਰਿਸ਼ਤਾ ਕਰਾਂਗੇ। ਚੰਦੂ ਦੇ ਲਾਗੀਆਂ ਨੇ ਬੜੀਆਂ ਮਿੰਨਤਾਂ ਕੀਤੀਆਂ, ਸਾਡੀ ਪੈਜ ਰੱਖੋ। ਪਾਤਸ਼ਾਹ ਨੇ ਜਵਾਬ ਦੇ ਦਿੱਤਾ। ਜਦੋਂ ਲਾਗੀਆਂ ਨੇ ਚੰਦੂ ਨੂੰ ਜਾ ਕੇ ਦੱਸਿਆ ਵੀ ਸਤਿਗੁਰਾਂ ਨੇ ਜਵਾਬ ਦੇ ਦਿੱਤਾ ਰਿਸ਼ਤਾ ਲੈਣ ਤੋਂ, ਚੰਦੂ ਨੂੰ ਬੜਾ ਗੁੱਸਾ ਆਇਆ। ਬਦਲਾ ਲੈਣ ਦਾ ਉਹਨੇ ਪ੍ਰਣ ਕਰ ਲਿਆ ਤੇ ਗੁਰੂ ਪਿਆਰਿਓ ਹਰ ਰੋਜ਼ ਉਹ ਬਾਦਸ਼ਾਹ ਜਹਾਂਗੀਰ ਦੇ ਕੋਲ ਸਤਿਗੁਰਾਂ ਦੀ ਨਿੰਦਿਆ ਚੁਗਲੀ ਕਰਿਆ ਕਰੇ। ਤੇ ਇੱਕ ਦਿਨ ਜਹਾਂਗੀਰ ਨੇ ਵਜ਼ੀਰ ਖਾਂ ਨੂੰ ਆਖ ਹੀ ਦਿੱਤਾ ਕਿ ਵਜ਼ੀਰ ਖਾਂ ਜਾ, ਤੂੰ ਆਪ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਮੇਰੇ ਕੋਲ ਲੈ ਕੇ ਆ। ਜਦੋਂ ਵਜ਼ੀਰ ਖਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਪਹੁੰਚਿਆ ਤੇ ਵਜ਼ੀਰ ਖਾਂ ਕਹਿੰਦਾ ਕਿ ਪਾਤਸ਼ਾਹ, ਕਈ ਦਿਨਾਂ ਤੋਂ ਚੰਦੂ ਬਾਦਸ਼ਾਹ ਦੇ ਕੋਲ ਤੁਹਾਡੀ ਚੁਗਲੀ ਕਰ ਰਿਹਾ ਹੈ। ਬਾਦਸ਼ਾਹ ਨੇ ਮੈਨੂੰ ਭੇਜਿਆ ਕਿ ਆਪ ਜੀ ਮੇਰੇ ਨਾਲ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ। ਤੇ ਗੁਰੂ ਪਿਆਰਿਓ ਵਜ਼ੀਰ ਖਾਂ ਦੀ ਗੱਲ ਸੁਣ ਕੇ ਪੰਚਮ ਸਤਿਗੁਰੂ ਪੰਜ ਸਿੱਖਾਂ ਨੂੰ ਨਾਲ ਲੈ ਕੇ ਵਜ਼ੀਰ ਖਾਂ ਦੇ ਨਾਲ ਬਾਦਸ਼ਾਹ ਦੀ ਕਚਹਿਰੀ ਵਿੱਚ ਪਹੁੰਚ ਗਏ। ਬਾਦਸ਼ਾਹ ਨੇ ਪਹਿਲਾਂ ਤਾਂ ਬੜਾ ਸਤਿਕਾਰ ਕੀਤਾ, ਗੱਲਾਂ ਬਾਤਾਂ ਕੀਤੀਆਂ, ਪੁੱਛਿਆ ਕਿ ਹਿੰਦੂ ਤੇ ਮੁਸਲਮਾਨ ਦੋਵੇਂ ਆਪਣੇ ਧਰਮ ਨੂੰ ਵੱਡਾ ਆਖ ਕੇ ਲੜਦੇ ਨੇ ਕਿ ਰਾਮ ਜਾਂ ਅੱਲਾ ਦਾ ਨਾਮ ਵੱਡਾ ਹੈ। ਤੇ ਪਾਤਸ਼ਾਹ ਕਿਰਪਾ ਕਰਕੇ ਇਹ ਮੇਰਾ ਸੰਸਾ ਨਿਵਿਰਤ ਕਰੋ। ਸਤਿਗੁਰਾਂ ਨੇ ਉਹਦਾ ਸੰਸਾ ਨਿਵਿਰਤ ਕੀਤਾ। ਤੇ ਗੁਰੂ ਪਿਆਰਿਓ ਪਾਤਸ਼ਾਹ ਨੇ ਇਹ ਬਾਣੀ ਉਚਾਰੀ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਹੇ, ਕਉ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਤੇ ਗੁਰੂ ਪਿਆਰਿਓ ਉਹਦਾ ਸੰਸਾ ਨਿਵਿਰਤ ਕਰ ਦਿੱਤਾ। ਗੱਲਾਂ ਕਰਦੇ ਕਰਦੇ ਸ਼ਾਮ ਦਾ ਸਮਾਂ ਹੋਇਆ, ਹਨੇਰਾ ਹੋ ਗਿਆ ਤੇ ਜਹਾਂਗੀਰ ਨੇ ਦਰਬਾਰ ਸਮਾਪਤ ਕਰ ਦਿੱਤਾ। ਗੁਰੂ ਜੀ ਉੱਠ ਕੇ ਬਾਹਰ ਆਏ ਤਾਂ ਚੰਦੂ ਨੇ ਜਹਾਂਗੀਰ ਨੂੰ ਆਖਿਆ, ਜੇ ਪਾਤਸ਼ਾਹ ਆਗਿਆ ਦਿਓ ਤਾਂ ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਵਾਂ, ਇਹਨਾਂ ਦੀ ਅੰਨ ਪਾਣੀ ਨਾਲ ਸੇਵਾ ਕਰਾਂ, ਤੁਹਾਡੇ ਵੱਲੋਂ ਸਮਝਾਵਾਂ। ਤਾਂ ਗੁਰੂ ਪਿਆਰਿਓ ਬਾਦਸ਼ਾਹ ਨੇ ਆਖ ਦਿੱਤਾ ਵੀ ਠੀਕ ਹੈ,
ਚੰਦੂ ਆਪਣੇ ਘਰ ਲੈ ਗਏ। ਪੰਜਾਂ ਸਿੱਖਾਂ ਸਮੇਤ ਸਤਿਗੁਰਾਂ ਨੂੰ ਡਿਉੜੀ ਵਿੱਚ ਕੈਦ ਕਰ ਦਿੱਤਾ ਹੈ। ਤੇ ਗੁਰੂ ਪਿਆਰਿਓ, ਚੰਦੂ ਕਹਿਣ ਲੱਗਿਆ ਘਰ ਜਾ ਕੇ ਸਤਿਗੁਰਾਂ ਨੂੰ ਕਿ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਮੋੜਿਆ ਹੈ ਨਾ, ਮੈਂ ਵੀ ਪ੍ਰਣ ਕੀਤਾ ਹੋਇਆ ਸੀ ਮੈਂ ਬਦਲਾ ਲੈਣਾ ਹੈ। ਤੇ ਗੁਰੂ ਪਿਆਰਿਓ, ਜਦੋਂ ਦੂਸਰਾ ਦਿਨ ਹੋਇਆ ਨਾ ਤਾਂ ਚੰਦੂ ਕਹਿੰਦਾ ਵੀ ਅਜੇ ਵੀ ਮੰਨ ਜਾਓ ਮੇਰੀ ਲੜਕੀ ਦਾ ਰਿਸ਼ਤਾ ਲੈ ਲਓ। ਸਤਿਗੁਰੂ ਨਹੀਂ ਮੰਨੇ, ਕਿਉਂ ਮੰਨਦੇ, ਸੰਗਤ ਨੇ ਹੁਕਮ ਘੱਲਿਆ ਸੀ ਕਿ ਰਿਸ਼ਤਾ ਨਹੀਂ ਲੈਣਾ। ਤਾਂ ਦੂਸਰੇ ਦਿਨ ਇੱਕ ਉਬਲਦੀ ਦੇਗ ਵਿੱਚ ਪਾਣੀ ਵਿੱਚ ਸਤਿਗੁਰਾਂ ਨੂੰ ਬਿਠਾ ਦਿੱਤਾ ਤੇ ਉਬਲਦੀ ਦੇਗ ਵਿੱਚ ਬੈਠਾ ਵੇਖ ਕੇ ਭਾਈ ਪ੍ਰਾਣਾ ਜਿਹੜਾ ਸਤਿਗੁਰਾਂ ਦਾ ਸਿੱਖ ਸੀ ਦੌੜ ਕੇ ਆਇਆ। ਸਾਰੇ ਸਿੱਖਾਂ ਵਿੱਚ ਹਾਹਾਕਾਰ ਮੱਚ ਗਈ। ਜਦੋਂ ਸਿੱਖ ਸਤਿਗੁਰਾਂ ਨੂੰ ਦੇਗ ਵਿੱਚੋਂ ਕੱਢਣ ਵਾਸਤੇ ਉੱਠੇ ਤਾਂ ਗੁਰੂ ਪਿਆਰਿਓ, ਚੰਦੂ ਦੇ ਆਦਮੀਆਂ ਨੇ ਡੰਡੇ ਮਾਰ ਮਾਰ ਕੇ ਉਹਨਾਂ ਨੂੰ ਪਿੱਛੇ ਕਰ ਦਿੱਤਾ। ਸਤਿਗੁਰੂ ਕਹਿੰਦੇ ਕਿ ਸਿੱਖੋ, ਤੁਸੀਂ ਸਾਡੇ ਪਾਸ ਨਾ ਆਓ, ਇਸ ਦੁਸ਼ਟ ਦੀ ਜੜ ਖਾਰੇ ਪਾਣੀ ਵਿੱਚ ਪੈ ਰਹੀ ਹੈ, ਤੁਸੀਂ ਨਾ ਮਾਰ ਖਾਓ, ਅਸਾਂ ਤਾਂ ਆਪਣਾ ਸਰੀਰ ਤਿਆਗ ਦੇਣਾ। ਤੇ ਗੁਰੂ ਪਿਆਰਿਓ ਇੰਨੇ ਤਸੀਹੇ ਦੇ ਰਿਹਾ, ਜਦੋਂ ਸਤਿਗੁਰੂ ਨਾ ਮੰਨੇ। ਜਦੋਂ ਤੀਸਰਾ ਦਿਨ ਹੋਇਆ ਨਾ, ਸਤਿਗੁਰਾਂ ਨੂੰ ਫਿਰ ਡਰਾ ਰਿਹਾ ਵੀ ਅਜੇ ਵੀ ਮੰਨ ਜਾਓ। ਸਤਿਗੁਰੂ ਕਹਿੰਦੇ ਵੀ ਨਹੀਂ। ਤੇ ਗੁਰੂ ਪਿਆਰਿਓ, ਚੰਦੂ ਨੇ ਫਿਰ ਕੀ ਕੀਤਾ, ਇੱਕ ਤੱਤੀ ਲੋਹ ਕਰਵਾ ਕੇ ਸਤਿਗੁਰਾਂ ਨੂੰ ਉਹਦੇ ਉੱਤੇ ਬਿਠਾ ਦਿੱਤਾ। ਸਤਿਗੁਰਾਂ ਦੇ ਸਰੀਰ ਦਾ ਮਾਸ ਸੜ ਰਿਹਾ, ਪਰ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਲੋਹ 'ਤੇ ਬੈਠੇ ਆਖ ਰਹੇ ਨੇ ਕਿ ਹੇ ਨਿਰੰਕਾਰ, ਤੇਰਾ ਭਾਣਾ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਉਚਾਰ ਰਹੇ ਨੇ। ਤੱਤੀ ਤਵੀ ਤੇ ਬੈਠੇ ਨੇ ਸਤਿਗੁਰ ਵਾਹਿਗੁਰ ਵਾਹਿਗੁਰ ਬੋਲਦੇ, ਤਵੀ ਤੇ ਬੈਠੇ ਨੇ ਸਤਿਗੁਰ ਵਾਹਿਗੁਰ ਵਾਹਿਗੁਰ ਬੋਲਦੇ। ਸੱਚ ਧਰਮ ਤੇ ਪਹਿਰਾ ਦੇਂਦੇ ਸਿਦਕੋ ਨਾ ਉਹ ਡੋਲਦੇ, ਤਵੀ ਤੇ ਬੈਠੇ ਨੇ ਸਤਿਗੁਰ ਵਾਹਿਗੁਰ ਵਾਹਿਗੁਰ ਬੋਲਦੇ। ਤੱਤੀ ਤਵੀ ਤੇ ਬੈਠੇ ਨੇ ਸਤਿਗੁਰ ਵਾਹਿਗੁਰ ਵਾਹਿਗੁਰ ਬੋਲਦੇ, ਤਵੀ ਤੇ ਬੈਠੇ ਨੇ ਸਤਿਗੁਰ ਵਾਹਿਗੁਰ ਵਾਹਿਗੁਰ ਬੋਲਦੇ। ਤੱਤੀ ਤਵੀ ਤੇ ਬੈਠੇ ਨੇ ਸਤਿਗੁਰ ਵਾਹਿਗੁਰ ਵਾਹਿਗੁਰ ਬੋਲਦੇ, ਤਵੀ ਤੇ ਬੈਠੇ ਨੇ ਸਤਿਗੁਰ ਵਾਹਿਗੁਰ ਵਾਹਿਗੁਰ ਬੋਲਦੇ। ਤੱਤੀ ਤਵੀ ਤੇ ਬੈਠੇ ਨੇ ਸਤਿਗੁਰ ਵਾਹਿਗੁਰ ਵਾਹਿਗੁਰ ਬੋਲਦੇ, ਤਵੀ ਤੇ ਬੈਠੇ ਨੇ ਸਤਿਗੁਰ ਵਾਹਿਗੁਰ ਵਾਹਿਗੁਰ ਬੋਲਦੇ। ਗੁਰੂ
ਪਿਆਰਿਓ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ 'ਤੇ ਬੈਠਣ ਲੱਗੇ ਨੇ ਅਤੇ ਤੱਤੀ ਤਵੀ ਸਤਿਗੁਰਾਂ ਨੂੰ ਸਵਾਲ ਕਰ ਰਹੀ ਹੈ ਅਤੇ ਸਤਿਗੁਰੂ ਉਹਦੇ ਸਵਾਲਾਂ ਦਾ ਜਵਾਬ ਇਉਂ ਦੇ ਰਹੇ ਨੇ। ਤੇਰਾ ਦੋਸ਼ ਨਹੀਂ, ਜ਼ਾਲਮ ਨੂੰ ਪੂਰੀ ਹੋਸ਼ ਨਹੀਂ, ਇਹਦੇ ਵਿੱਚ ਤੇਰਾ ਦੋਸ਼ ਨਹੀਂ, ਜ਼ਾਲਮ ਨੂੰ ਪੂਰੀ ਹੋਸ਼ ਨਹੀਂ। ਮੈਂ ਜਦੋਂ ਚੌਂਕੜਾ ਮਾਰ ਲਾਉਂ, ਰੇਤੇ ਦੇ ਫੁੱਲ ਬਣ ਜਾਣੇ, ਰੇਤੇ ਦੇ ਫੁੱਲ ਬਣ ਜਾਣੇ। ਮੈਂ ਦਿਲ ਵਿੱਚ ਗੁਰੂ ਚਿਤਾਰੂੰਗਾ, ਰੇਤੇ ਦੇ ਫੁੱਲ ਬਣ ਜਾਣੇ, ਰੇਤੇ ਦੇ ਫੁੱਲ ਬਣ ਜਾਣੇ। ਤੈਨੂੰ ਵੀ ਤਵੀਏ ਠਾਰ ਦੇਊਂ, ਰੇਤੇ ਦੇ ਫੁੱਲ ਬਣ ਜਾਣੇ। ਤੈਨੂੰ ਵੀ ਤਵੀਏ ਠਾਰ ਦੇਊਂ। ਬਾਬਾ ਜੀ ਅੱਗ ਮੂਹਰੇ ਜ਼ੋਰ ਕੀ, ਬਾਬਾ ਜੀ
ਪੁੱਛਣਾ ਹੋਰ ਕੀ ਬਾਬਾ ਜੀ, ਅੱਗ ਮੂਹਰੇ ਜ਼ੋਰ ਕੀ ਬਾਬਾ ਜੀ, ਤੁਸੀਂ ਮਿੰਟਾਂ ਵਿੱਚ ਸੜ ਜਾਣਾ ਜ਼ਾਲਮ ਦੀ, ਮੰਨ ਲਓ ਬਾਬਾ ਜੀ, ਉੱਥੋਂ ਸਿੰਘ ਨੀ ਚੱਲਿਆ ਜਾਣਾ ਜ਼ਾਲਮ ਦੀ, ਮੰਨ ਲਓ ਬਾਬਾ ਜੀ, ਉੱਥੋਂ ਸਿੰਘ ਨੀ ਚੱਲਿਆ ਜਾਣਾ ਜ਼ਾਲਮ ਦੀ, ਮੰਨ ਲਓ ਬਾਬਾ ਜੀ, ਮੇਰਾ ਸਤਿਗੁਰ ਬੜਾ ਦਿਆਲੂ ਹੈ, ਇਹ ਮੌਤ ਵੀ ਸਾਥੋਂ ਚਾਲੂ ਹੈ, ਮੇਰਾ ਸਤਿਗੁਰ ਬੜਾ ਦਿਆਲੂ ਹੈ, ਇਹ ਮੌਤ ਵੀ ਸਾਥੋਂ ਚਾਲੂ ਹੈ, ਮੈਂ ਬਾਣੀ ਜਦੋਂ ਉਚਾਰੂੰਗਾ ਰੇਤੇ ਦੇ ਫੁੱਲ ਬਣ ਜਾਣੇ, ਰੇਤੇ ਦੇ ਫੁੱਲ ਬਣ ਜਾਣੇ, ਤਵੀਏ ਠਾਰ ਦੇਊ, ਕਰਮਾਂ ਦਾ ਸਭ ਲੇਖਾ ਹੈ, ਬਾਬਾ ਜੀ ਤੁਹਾਨੂੰ ਭੁਲੇਖਾ ਹੈ, ਇਹ ਕਰਮਾਂ ਦਾ ਸਭ ਲੇਖਾ ਹੈ, ਮੈਂ ਮੱਖਣ ਬੁਰਾੜ ਨੂੰ ਤਾਰੂੰਗਾ ਰੇਤੇ ਦੇ ਫੁੱਲ ਬਣ ਜਾਣੇ, ਰੇਤੇ ਦੇ ਫੁੱਲ ਬਣ ਜਾਣੇ, ਤਵੀਏ ਠਾਰ ਦੇਊ, ਗੁਰੂ ਪਿਆਰਿਓ, ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀ ਲੋਹ ਉੱਤੇ ਬਿਠਾਉਣ ਦਾ ਹੁਕਮ ਕਰ ਦਿੱਤਾ ਨਾ ਚੰਦੂ ਨੇ, ਇੱਕ ਪਾਸੇ ਚੰਦੂ ਹੁਕਮ ਦੇ ਰਿਹਾ ਭੱਠੀ ਬਲੀ ਹੋਈ ਹੈ ਤੇ ਗੁਰੂ ਪਿਆਰਿਓ ਤੱਤੀ ਲੋਹ ਉਹਦੇ ਉੱਤੇ ਪਈ ਹੈ, ਤੇ ਤੱਤੀ ਲੋਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੀ ਹੈ ਕਿ ਪਾਤਸ਼ਾਹ ਮੇਰੀ ਤਾਂ ਇਹ ਬੇਨਤੀ ਹੈ, ਕਿਉਂਕਿ ਮੈਂ ਤਾਂ ਹੁਕਮ ਦੀ ਬੱਝੀ ਹੋਈ ਹੈ, ਜਦੋਂ ਮੇਰੇ ਥੱਲੇ ਅੱਗ ਬਲਦੀ ਹੈ ਤੇ ਪਾਤਸ਼ਾਹ ਮੈਂ ਲਾਲੋ ਲਾਲ ਹੋ ਜਾਣੀ ਹੈ, ਮੇਰੀ ਇਹ ਬੇਨਤੀ ਹੈ ਵੀ ਤੁਸੀਂ ਕਿਰਪਾ ਕਰੋ, ਇਹ ਤਾਂ ਜ਼ਾਲਮ ਹੈ, ਦੁਸ਼ਟ ਹੈ, ਇਹਦੀ ਤੁਸੀਂ ਗੱਲ ਮੰਨ ਲਵੋ, ਤੇ ਪਾਤਸ਼ਾਹ ਇਹਦੀ ਲੜਕੀ ਦਾ ਰਿਸ਼ਤਾ ਲੈਣਾ ਮੰਨ ਲਵੋ, ਕਿਉਂਕਿ ਜੇ ਤੁਸੀਂ ਮੇਰੇ ਉੱਤੇ ਬੈਠੇ ਤਾਂ ਸਤਿਗੁਰੂ ਤੁਹਾਡਾ ਸਾਰਾ ਸਰੀਰ ਸੜ ਜਾਣਾ, ਤੁਹਾਡੇ ਤੋਂ ਇਹ ਸੇਕ ਝੱਲਿਆ ਨਹੀਂ ਜਾਣਾ, ਤੇ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਉਹ ਤੱਤੀ ਤਵੀ ਨੂੰ ਕਹਿ ਰਹੇ ਨੇ, ਤਵੀਏ
ਇਹਦੇ ਵਿੱਚ ਤੇਰਾ ਤਾਂ ਕੋਈ ਦੋਸ਼ ਨਹੀਂ ਨਾ, ਇਹਦੇ ਵਿੱਚ ਤੇਰਾ ਕੋਈ ਦੋਸ਼ ਨਹੀਂ, ਕਿਉਂਕਿ ਇਹ ਜ਼ਾਲਮ ਨੇ, ਦੁਸ਼ਟ ਨੇ, ਇਹਨਾਂ ਨੂੰ ਕੋਈ ਹੋਸ਼ ਨਹੀਂ। ਕਹਿੰਦੇ ਤਵੀਏ ਤੂੰ ਵੇਖੀ, ਭਾਵੇਂ ਆ ਮੇਰੇ ਸਰੀਰ ਦਾ ਸਾਰਾ ਮਾਸ ਸੜ ਜਾਣਾ ਹੈ ਨਾ, ਇਹਨੇ ਮੇਰੇ ਸਿਰ ਦੇ ਉੱਤੇ ਮੇਰੇ ਉੱਪਰ ਰੇਤਾ ਵੀ ਪਵਾਉਣਾ ਗਰਮ ਗਰਮ, ਪਰ ਜਦੋਂ ਮੈਂ ਚੌਂਕੜਾ ਮਾਰ ਲੈਣਾ ਹੈ ਨਾ, ਜਦੋਂ ਮੈਂ ਉਸ ਨਿਰੰਕਾਰ ਦੀ ਬਾਣੀ ਪੜ੍ਹਨੀ ਹੈ, ਤਾਂ ਜਿਹੜਾ ਰੇਤਾ ਪੈਣਾ ਨਾ ਉਹਦੇ ਵੀ ਫੁੱਲ ਬਣ ਜਾਣੇ ਨੇ। ਭਾਵੇਂ ਤੂੰ ਗਰਮ ਹੈ, ਤੂੰ ਲਾਲ ਹੋ ਜਾਣਾ, ਪਰ ਤੈਨੂੰ ਵੀ ਮੈਂ ਠਾਰ ਦੇਣਾ। ਇਹ ਤਾਂ ਸਾਰਾ ਦੁਨਿਆਵੀ ਦਿਖਾਵਾ ਵੀ ਸਰੀਰ ਸੜ ਜਾਣਾ, ਤੇ ਗੁਰੂ ਪਿਆਰਿਓ ਵਾਕਿਆ ਹੀ ਸਤਿਗੁਰਾਂ ਦਾ ਭਾਵੇਂ ਸਰੀਰ ਸੜ ਗਿਆ ਸੀ, ਤੱਤੀ ਲੋਹ ਤੇ ਬੈਠਿਆ, ਪਰ ਸਤਿਗੁਰਾਂ ਨੇ ਸੀ ਨਹੀਂ ਸੀ ਉਚਾਰੀ। ਭਾਵੇਂ ਸਤਿਗੁਰਾਂ ਦੇ ਉੱਤੇ ਗਰਮ ਰੇਤਾ ਕਰਕੇ ਉਹ ਚੰਦੂ ਪਾਪੀ ਨੇ ਪਵਾਇਆ ਸੀ, ਪਰ ਸਤਿਗੁਰਾਂ ਨੇ ਕਦੀ ਸੀ ਨਹੀਂ ਸੀ ਉਚਾਰੀ। ਉਸ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਸੀ। ਤੇ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਨਹੀਂ ਸੀ ਕਰ ਸਕਦੇ, ਪਰ ਗੁਰੂ ਪਿਆਰਿਓ ਸਤਿਗੁਰਾਂ ਨੂੰ ਪਤਾ ਸੀ ਵੀ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਨਾ, ਉਹ ਉਹਨਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਹੈ, ਕਿਉਂਕਿ ਸਤਿਗੁਰਾਂ ਨੇ ਤਾਂ ਉਚਾਰਿਆ, ਬਾਣੀ ਵਿੱਚ ਆਖਿਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਬਈ ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ, ਕੀ ਨਹੀਂ ਸੀ ਕਰ ਸਕਦੇ ਸਤਿਗੁਰੂ। ਪਾਤਸ਼ਾਹ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਦੇ ਸਨ, ਸਤਿਗੁਰੂ ਚਾਹੁੰਦੇ ਤਾਂ ਚੰਦੂ ਨੂੰ ਉਹਦੇ ਪਰਿਵਾਰ ਸਮੇਤ ਖੜੇ ਖੜੋਤਿਆਂ ਖਤਮ ਕਰ ਸਕਦੇ ਸਨ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਿਆ, ਮਿੱਠਾ ਕਰਕੇ ਮੰਨਿਆ। ਅਤੇ ਗੁਰੂ ਪਿਆਰਿਓ ਅੱਜ ਆ ਤੱਤੀ ਤਵੀ ਸਤਿਗੁਰਾਂ ਨੂੰ ਸਵਾਲ ਜਵਾਬ ਕਰ ਰਹੀ ਹੈ, ਅਤੇ ਸਤਿਗੁਰੂ ਉਹਦੇ ਹਰ ਇੱਕ ਸਵਾਲ ਦਾ ਜਵਾਬ ਦੇ ਰਹੇ ਨੇ। ਉਹ ਕਹਿ ਰਹੀ ਹੈ ਵੀ ਮੈਂ ਬੜੀ ਬੇਵੱਸ ਹੈ, ਅਤੇ ਗੁਰੂ ਪਿਆਰਿਓ ਸਤਿਗੁਰੂ ਉਹਨੂੰ ਸਮਝਾ ਰਹੇ ਨੇ। ਅਤੇ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਉਹਨਾਂ ਨੇ ਸ਼ਹੀਦੀ ਦੇ ਦਿੱਤੀ ਨਾ, ਤਾਂ ਜਿਹੜੇ ਪੰਜੇ ਸਿੱਖ ਸਨ ਨਾ ਗੁਰੂ ਪਿਆਰਿਓ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ, ਬਾਬਾ ਬੁੱਢਾ ਜੀ ਨੂੰ ਸਾਰਾ ਹਾਲ ਦੱਸਿਆ। ਬਾਬਾ ਬੁੱਢਾ ਜੀ ਸਾਰਿਆਂ ਨੂੰ ਕਹਿ ਰਹੇ ਨੇ, ਕਿਉਂਕਿ ਸਾਰੇ ਬੜੇ ਸੋਗ ਵਿੱਚ ਬੈਠੇ ਸਨ, ਬਾਬਾ ਜੀ ਕਹਿ ਰਹੇ ਨੇ ਬਈ ਸ਼ਾਂਤੀ ਨਾਲ ਬੈਠ ਜਾਓ, ਸਤਿਗੁਰਾਂ ਦੀ ਬਾਣੀ ਦਾ ਸਿਮਰਨ ਕਰੋ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਲੋਕ ਭਲਾਈ ਦੇ ਬੇਅੰਤ ਕੰਮ ਕਰਕੇ ਆਪਣੇ ਘਰ ਬੈਕੁੰਠ ਧਾਮ ਨੂੰ ਗਏ ਨੇ, ਉਹ ਸ਼ਹੀਦਾਂ ਦੇ ਸਰਤਾਜ ਬਣ ਕੇ ਬੈਕੁੰਠ ਧਾਮ ਨੂੰ ਗਏ ਨੇ। ਆਪਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ
ਦੀ ਪਵਿੱਤਰ ਬੀੜ ਦੇ ਕੇ ਗਏ ਨੇ ਤੇ ਗੁਰੂ ਪਿਆਰੇ ਬਾਬਾ ਜੀ ਕਹਿ ਰਹੇ ਨੇ ਵੀ ਕੋਈ ਸੋਗ ਨਹੀਂ ਕਰਨਾ, ਸੋਗ ਤਾਂ ਉਹਨਾਂ ਅਭਾਗਿਆਂ ਦਾ ਕਰੀਦਾ ਜਿਹੜੇ ਜਗਤ ਵਿੱਚ ਆਪਣੀ ਉਮਰ ਗਵਾ ਕੇ ਚਲੇ ਜਾਂਦੇ ਨੇ। ਕਦੇ ਵੀ ਕੋਈ ਗਰੀਬਾਂ ਲੋੜਵੰਦਾਂ ਦੁਖੀਆਂ ਦੀ ਸੇਵਾ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਸਤਸੰਗ ਨਹੀਂ ਕਰਦੇ, ਆਪਣਾ ਜੀਵਨ ਗਵਾ ਦਿੰਦੇ ਨੇ। ਉਹਨਾਂ ਪ੍ਰਤੀ ਸ਼ੋਕ ਕਰਨਾ ਚਾਹੀਦਾ ਜਿਹੜੇ ਮਰ ਮਰ ਕੇ ਬਹੁਤੀਆਂ ਜੂਨਾਂ ਵਿੱਚ ਭਟਕਦੇ ਨੇ, ਪਾਪਾਂ ਦਾ ਫਲ ਨਰਕ ਭੋਗਦੇ ਨੇ। ਤੇ ਗੁਰੂ ਪਿਆਰਿਓ ਬਾਬਾ ਬੁੱਢਾ ਜੀ ਨੇ ਸਭਨਾਂ ਨੂੰ ਧੀਰਜ ਦੇ ਕੇ ਸ਼ਾਂਤ ਕਰਕੇ ਬਿਠਾਇਆ ਤੇ ਗੁਰੂ ਪਿਆਰਿਓ ਅੱਜ ਇਹ ਗੁਰੂ ਉਪਮਾ ਤੁਹਾਡੇ ਦਾਸਰਿਆਂ ਵੱਲੋਂ ਜੋ ਤੁਹਾਡੇ ਚਰਨਾਂ ਵਿੱਚ ਅਰਪਣ ਕੀਤੀ ਜਾ ਰਹੀ ਹੈ, ਇਹ ਤੱਤੀ ਤਵੀ ਦੇ ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵਾਕਿਆ ਹੀ ਸਵਾਲ ਜਵਾਬ ਹੋਏ ਸਨ ਜੋ ਇਸ ਤਰ੍ਹਾਂ ਹਨ। ਮੈਂ ਤੱਤੀ ਤਵੀ ਹਾਂ ਸਾੜ ਸਟੂ, ਮੈਂ ਮਾਰ ਸਟੂ, ਮੈਂ ਸਾੜ ਸਟੂ, ਮੈਂ ਮਾਰ ਸਟੂ, ਮੈਂ ਸਾੜ ਸਟੂ, ਥੋਥੋਂ ਸੇਕ ਨੀ ਚੱਲਿਆ ਜਾਣਾ, ਜ਼ਾਲਮ ਦੀ ਮੰਨ ਲਓ ਬਾਬਾ ਜੀ, ਥੋਥੋਂ ਸੇਕ ਨੀ ਚੱਲਿਆ। ਤੇਰਾ ਦੋਸ਼ ਨਹੀਂ ਜ਼ਾਲਮ ਨੂੰ ਪੂਰੀ ਹੋਸ਼ ਨਹੀਂ, ਇਹਦੇ ਵਿੱਚ ਤੇਰਾ ਦੋਸ਼ ਨਹੀਂ, ਜ਼ਾਲਮ ਨੂੰ ਪੂਰੀ ਹੋਸ਼ ਨਹੀਂ। ਮੈਂ ਜਦੋਂ ਚੌਂਕੜਾ ਮਾਰ ਲਾਉਂ ਰੇਤੇ ਦੇ ਫੁੱਲ ਬਣ ਜਾਣੇ, ਰੇਤੇ ਦੇ ਫੁੱਲ ਬਣ ਜਾਣੇ, ਤਵੀਏ ਠਾਰ ਦੇਊਂ।